ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਇਸ ਕਰਕੇ ਰੂਬਰੂ ਹੋਇਆ, ਮੇਰਾ ਦਿਲ ਕਰਦਾ ਸੀ ਤੁਹਾਡੇ ਨਾਲ ਆਪਦੀ ਇੱਕ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਾਂ। ਸੋ ਕਹਾਣੀ ਆਈ ਆ, ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਮੈਂ ਆਪਦੇ ਦਾਦੇ ਸਰਦਾਰ ਗੁਰਨਾਮ ਸਿੰਘ ਬਾਪੂ ਕਹਿੰਦਾ ਹੁੰਦਾ ਸੀ, ਮੈਂ ਉਹਨਾਂ ਕੋਲ ਜਾਣਾ। ਮੈਂ ਬਾਪੂ ਨੂੰ ਕਹਿਣਾ, ਬਾਪੂ ਮੈਨੂੰ ਕੋਈ ਬਾਤ ਸੁਣਾ। ਬਾਪੂ ਨੇ ਕਹਿਣਾ, ਪੁੱਤ ਤੇਰੇ ਬਾਬੇ ਦੀ ਗੱਲ ਸੁਣਾਉਣਾ ਮੈਂ ਤੈਨੂੰ, ਤੇਰੇ ਪੜਦਾਦੇ ਦੀ, ਸਰਦਾਰ ਨਿਹਾਲ ਸਿੰਘ ਹੋਣਾ ਦੀ। ਸੋ ਉਹਨਾਂ ਨੇ ਕਹਾਣੀ ਸੁਣਾਉਣੀ ਵੀ ਕਿਸੇ ਟਾਈਮ ਦੀ ਗੱਲ ਆ, ਵੀ ਬਾਬਾ ਆਪਣੇ ਪਿੰਡ ਰਾਤ ਨੂੰ ਖੇਤ ਪਾਣੀ ਲਾਉਣ ਗਿਆ, ਪਾਣੀ ਲਾਉਣ ਗਿਆ ਤੇ ਉਹਨੂੰ ਦਿਓ ਮਿਲ ਗਿਆ। ਉੱਥੇ ਦਿਓ ਆ ਗਿਆ ਤੇ ਦਿਓ, ਮੈਂ ਪੁੱਛਿਆ ਵੀ ਦਿਓ ਕੌਣ ਹੁੰਦਾ? ਕਹਿੰਦਾ ਵੀ 15 ਫੁੱਟ ਦੀ ਦੇਹ ਵਾਲਾ ਵੱਡਾ ਬਹੁਤ ਬੰਦਾ ਹੁੰਦਾ, ਦੰਦ ਹੁੰਦੇ ਆ ਵੱਡੇ ਵੱਡੇ ਤੇ ਬੰਦਿਆਂ ਨੂੰ ਖਾ ਜਾਂਦੇ ਆ। ਸੋ ਦਿਓ ਆ ਗਿਆ ਤੇ ਬਾਬਾ ਦਿਓ ਨੂੰ ਦੇਖ ਕੇ ਕੋਠੇ ਦੇ ਉੱਲੇ ਹੋ ਗਿਆ ਤੇ ਕਹਿੰਦਾ ਕੌਣ ਆ ਓਏ? ਤੇ ਦਿਓ ਕਹਿੰਦਾ ਮੈਂ ਦਿਓ। ਤੇ ਬਾਬਾ ਕਹਿੰਦਾ ਮੈਂ ਦਿਓ ਦਾ ਪਿਓ। ਦਿਓ ਕਹਿੰਦਾ ਮੇਰਾ ਵੀ ਪਿਓ ਆ ਕੋਈ? ਉਹ ਕਹਿੰਦਾ ਫਿਰ ਦੇ ਨਿਸ਼ਾਨੀ। ਬਾਬਾ ਕਹਿੰਦਾ ਤੂੰ ਦੇ ਪਹਿਲਾਂ ਨਿਸ਼ਾਨੀ। ਤੇ ਦਿਓ ਆਪਦਾ ਦੰਦ ਪੱਟਦਾ, ਇੱਕ ਦੰਦ ਪੱਟ ਕੇ ਸਿੱਟ ਦਿੰਦਾ, ਕਹਿੰਦਾ ਆ ਚੱਕ ਫਿਰ, ਵੱਡਾ ਸਾਰਾ ਦੰਦ ਹੁੰਦਾ। ਤੇ ਬਾਬੇ ਨੇ ਹਲ ਦਾ ਦੰਦਾ ਪੱਟਿਆ ਤੇ ਸਿੱਟਤਾ, ਕਹਿੰਦਾ ਆ ਚੱਕ ਫਿਰ ਮੇਰਾ ਦੰਦ। ਉਦੋਂ ਬਾਅਦ ਦਿਓ ਇੱਕ ਵਾਰੀ ਤਾਂ ਹਿੱਲ ਜਾਂਦਾ ਦੇਖ ਕੇ, ਉਹਦਾ ਵਾਲ ਪੱਟਦਾ, ਵਾਹਵਾ ਮੋਟਾ ਵਾਲ ਹੁੰਦਾ ਤੇ ਉਹ ਸਿੱਟਦਾ, ਕਹਿੰਦਾ ਆ ਚੱਕ ਫਿਰ ਇੱਕ ਹੋਰ ਨਿਸ਼ਾਨੀ। ਤੇ ਬਾਬਾ ਕਹਿੰਦਾ ਰੱਸਾ ਪਿਆ ਹੁੰਦਾ, ਉਹ ਚੱਕ ਕੇ ਰੱਸਾ ਹੀ ਸਿੱਟ ਦਿੰਦਾ, ਕਹਿੰਦਾ ਆ ਲੈ ਫਿਰ ਆ ਮੇਰਾ ਵਾਲ। ਕਹਿੰਦਾ ਦਿਓ ਹੁਣ ਡਰ ਜਾਂਦਾ ਥੋੜਾ ਜਿਹਾ, ਕਹਿੰਦਾ ਬੰਦਾ ਕੋਈ ਇਹ ਤਾਂ ਵੱਡਾ ਹੀ ਹੋਊਗਾ ਜਿਹੜਾ ਐਡਾ ਵਾਲ ਆ। ਮੁੜ ਕੇ ਦਿਓ ਆਪਦੀ ਜੂ ਫੜਦਾ ਇੱਕ। ਸੋ ਉਹਨਾਂ ਦੀ ਅਪਕੀਪ ਤਾਂ ਹੁੰਦੀ ਨਹੀਂ ਸੀ, ਦਿਓ ਬੜੇ ਡਰਾਵਣੇ ਤੇ ਭਿਆਨਕ ਤੇ ਗੰਦੇ ਜਿਹੜੇ ਰਹਿਣਾ ਸਹਿਣਾ ਹੁੰਦਾ ਸੀ ਉਹਨਾਂ ਦਾ। ਆਪਦੀ ਜੂ ਕੱਢਦਾ ਤੇ ਉਹ ਜੂ ਭੂੰਡ ਜਿੱਡੀ ਹੁੰਦੀ ਆ ਸਿੱਟ ਦਿੰਦਾ, ਕਹਿੰਦਾ ਆ ਚੱਕ ਮੇਰੀ ਜੂ ਦੇਖ। ਤੇ ਬਾਬੇ ਕੋਲੇ ਵਹਿੜਕਾ ਕੋਠੇ ਦੇ ਬਾਹਰ ਬੰਨਿਆ ਹੁੰਦਾ, ਉਹ ਵਹਿੜਕਾ ਹੀ ਖੋਲ ਕੇ ਦਿਓ ਵੱਲ ਨੂੰ ਕਰ ਦਿੰਦਾ। ਹੁਣ ਦਿਓ ਵਹਿੜਕੇ ਨੂੰ ਦੇਖ ਕੇ ਜਮਾਂ ਹੀ ਘਬਰਾ ਜਾਂਦਾ, ਡਰ ਜਾਂਦਾ, ਕਹਿੰਦਾ ਵੀ ਯਾਰ ਜਿਹਦੀ ਜੂ ਹੀ ਏਡੀ ਵੱਡੀ ਹੋਈ ਉਹ ਆਪ ਕਿੱਡਾ ਹੋਊਗਾ। ਤੇ ਦਿਓ ਉੱਥੋਂ ਭੱਜ ਜਾਂਦਾ। ਹੁਣ ਇਹ ਕਹਾਣੀ ਸੁਣ ਕੇ ਮੈਂ ਬੜਾ ਖੁਸ਼ ਹੋਣਾ ਵੀ ਦਿਓ ਨੂੰ ਭਜਾਤਾ ਬਾਬੇ ਨੇ ਤਾਂ। ਤੇ ਮੈਂ ਉਹਨੂੰ ਕਹਿਣਾ ਵੀ ਬਾਬਾ ਬਾਈ, ਬਾਪੂ ਨੂੰ ਕਹਿਣਾ ਬਾਬੂ ਬਾਬਾ ਦਿਓ ਦਾ ਪਿਓ ਸੀ? ਕਹਿੰਦਾ ਬਾਪੂ ਨੇ ਮੈਨੂੰ ਕਹਿਣਾ ਪੁੱਤ ਦਿਓ ਦਾ ਪਿਓ ਸੀ ਉਹ। ਤੇ ਉਹ ਸਾਰੇ ਬੰਦੇ ਦਿਓ ਦੇ ਪਿਓ ਆ ਜਿਨ੍ਹਾਂ ਦੇ ਅੰਦਰ ਡਰ ਨਹੀਂ ਆ। ਤੇ ਤੂੰ ਜਦੋਂ ਵੱਡਾ ਹੋ ਗਿਆ ਨਾ, ਤੂੰ ਦਿਓ ਦਾ ਪਿਓ ਬਣੀ, ਡਰ ਨਾ ਪਾਲੀ ਆਪਦੇ ਅੰਦਰ। ਸੋ ਇਹ ਗੱਲ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਈ ਹੈ, ਮੈਂ ਇਸ ਕਰਕੇ ਗੱਲ ਸਿਖਾ ਰਿਹਾ। ਉਦੋਂ ਮੇਰੇ ਖਿਆਲ 'ਚ ਜਦੋਂ ਮੈਂ ਛੋਟਾ ਸੀ, ਮੇਰੇ ਇਹ ਸਮਝ 'ਚ ਗੱਲ ਨਹੀਂ ਉਨੀ ਆਉਂਦੀ ਸੀ ਵੀ ਦਿਓ ਦਾ ਪਿਓ ਕਿਵੇਂ ਬਣੀਦਾ ਹੁੰਦਾ। ਮੈਂ ਦਾਦੇ ਨੂੰ ਵੀ ਬਾਪੂ ਨੂੰ ਵੀ ਪੁੱਛਣਾ ਵੀ ਬਾਪੂ ਤੂੰ ਦਿਓ ਦਾ ਪਿਓ ਆ? ਕਹਿੰਦਾ ਮੈਂ ਵੀ ਦਿਓ ਦਾ ਪਿਓ ਆ, ਦੇ ਖੁੰਡਾ ਪਿਆ, ਕਹਿੰਦਾ ਇਹ ਦਿਓ ਵਾਸਤੇ ਹੀ ਰੱਖਿਆ। ਸੋ ਮੈਂ ਪੁੱਛਣਾ ਵੀ ਉਹ ਮਿਲਦੇ ਕਿੱਥੇ ਆ? ਕਹਿੰਦਾ ਜਦੋਂ ਤੂੰ ਵੱਡਾ ਹੋ ਗਿਆ ਤੈਨੂੰ ਆਪੇ ਮਿਲਣ ਲੱਗ ਜਾਣਗੇ। ਉਹ ਹੁਣ ਗੱਲ ਸਮਝ ਆਉਂਦੀ ਆ ਵੀ ਦਿਓ ਆ ਜਿਹੜੇ ਉਹ ਸਾਡੇ ਆਸ ਪਾਸ ਸਾਡੇ ਸਮਾਜ 'ਚ ਜਾਂ ਸਾਡੇ ਜਿਹੜੇ ਆਸ ਪਾਸ ਬਹੁਤ ਬੰਦੇ ਜਿਹੜੇ ਆਪਦੇ ਆਪ ਨੂੰ ਵੱਡੇ ਤੇ ਬਾਬੇ ਬੰਦੇ ਕਹਿੰਦੇ ਆ, ਉਹ ਵਿਚਰਦੇ ਆ, ਉਹ ਸਾਰੇ ਹੀ ਦਿਓ ਆ। ਪਰ ਇੱਕ ਗੱਲ ਯਾਦ ਰੱਖਿਓ ਮਿੱਤਰੋ, ਉਹ ਦਿਓ ਆ ਜਿਹੜੇ ਉਹ ਤੁਹਾਡੇ ਅੰਦਰ ਦੇ ਡਰ ਤੇ ਹੀ ਅਟੈਕ ਕਰਦੇ ਆ। ਤੁਸੀਂ ਆਪਦੇ ਅੰਦਰ ਡਰ ਨਹੀਂ ਪਾਲਣਾ, ਕਿਸੇ ਨੇ ਨਹੀਂ ਪਾਲਣਾ, ਕਿਉਂਕਿ ਜਿੱਥੇ ਡਰ ਆ ਗਿਆ ਉੱਥੇ ਦਿਓ ਅਟੈਕ ਕਰ ਦੂਗਾ ਤੇ ਤੁਹਾਨੂੰ ਖਾ ਜੂਗਾ। ਹੁਣ ਜੇ ਤੁਸੀਂ ਉਹ ਦਿਓਆਂ ਨੂੰ ਭਜਾਉਣਾ ਜਾਂ ਉਹਨਾਂ ਨਾਲ ਮੁਕਾਬਲਾ ਕਰਨਾ ਤਾਂ ਨਿਡਰ ਰਹੋ, ਆਪਦੇ ਅੰਦਰ ਬਰੇਵਰੀ ਇੱਕ ਨਿਡਰਤਾ ਪੈਦਾ ਕਰੋ। ਕਿਉਂਕਿ ਆਪਾਂ ਇਹਦਾ ਤਰਜਮਾ ਵੀ ਕਰ ਦਿੰਦੇ ਹਾਂ ਉਹ ਬੰਦਿਆਂ ਲਈ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਜਾਂ ਪੜ੍ਹੇ ਲਿਖੇ ਆ ਜਿਵੇਂ ਕਹਿੰਦੇ ਹੁੰਦੇ ਆ, ਦ ਡੈਵਲ ਓਨਲੀ ਥਰਾਈਵਸ ਔਨ ਯੋਰ ਫਿਅਰ। ਇਫ ਯੂ ਹੈਵ ਅ ਫਿਅਰ ਇਨਸਾਈਡ ਯੂ, ਡੈਵਲ ਥਰਾਈਵਸ ਔਨ ਇਟ। ਸੋ ਨੈਵਰ ਪ੍ਰਿਜ਼ਰਵ ਫਿਅਰ ਇਨ ਯੋਰ ਪਰਸਨੈਲਿਟੀ। ਬੀ ਬਰੇਵ, ਆਲਵੇਜ ਬੀ ਬਰੇਵ, ਦੈਟਸ ਵਾਟ ਅ ਹਿਊਮਨ ਬੀਇੰਗ ਸ਼ੁੱਡ ਬੀ। ਇਸ ਕਰਕੇ ਮੈਂ ਕਹਿ ਰਿਹਾ, ਦੇਖੋ ਹਮੇਸ਼ਾ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਵੀ ਇਹੀ ਗੱਲ ਸਾਨੂੰ ਸਿਖਾਈ ਆ। ਦਸਵੇਂ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ, ਹੁਣ ਜਦੋਂ ਮੈਂ ਦਸਵੇਂ ਪਾਤਸ਼ਾਹ ਦੀ ਗੱਲ ਕਰਦਾ ਜਾਂ ਕਿਸੇ ਵੀ ਉਸ ਰੋਲ ਮਾਡਲ ਦੀ ਗੱਲ ਕਰਦਾ, ਮੈਂ ਸਿਰਫ ਇੱਕ ਖਾਸ ਕਮਿਊਨਿਟੀ ਜਾਂ ਸਿੱਖਾਂ ਲਈ ਗੱਲ ਨਹੀਂ ਕਰਦਾ, ਕਿਉਂਕਿ ਸਾਰੇ ਮੇਰੇ ਆਪਦੀ ਆ, ਸਾਰੀ ਇਨਸਾਨੀਅਤ ਮੇਰੀ ਆਪਦੀ ਆ, ਮੈਂ ਐਂ ਸੋਚਦਾ। ਉਹ ਕਹਿੰਦਾ 125,000 ਸੇ ਇੱਕ ਲੜਾਓ,
ਤਾਂ ਸਵਾ ਲੱਖ ਨਾਲ ਬਾਬੇ ਨੇ ਜਿਹੜੀ ਗੱਲ ਕਹੀ ਸੀ ਉਹ ਇਸ ਕਰਕੇ ਨਹੀਂ ਕਹੀ ਸੀ ਵੀ ਸਵਾ ਲੱਖ ਨਾਲ ਸੱਚਿਓ ਇੱਕ ਬੰਦਾ ਲੜ ਜਾਂਦਾ, ਬਈ ਇੱਕ ਬੰਦੇ ਦਾ ਸਵਾ ਲੱਖ ਨਾਲ ਕੁਛ ਨਹੀਂ ਬਣਨਾ, ਪਰ ਉਹ ਕਹਿੰਦਾ ਮੇਰੇ ਬੰਦੇ ਚ ਇੰਨੀ ਨਿਡਰਤਾ ਹੋਵੇ, ਇੰਨੀ ਜ਼ਿਆਦਾ ਦਲੇਰੀ ਹੋਵੇ ਵੀ ਸਵਾ ਲੱਖ ਬੰਦਾ ਵੀ ਖੜਾ ਹੋਵੇ ਤਾਂ ਇੱਕ ਬੰਦਾ ਜੂਝੇ ਉਹਦੇ ਨਾਲ ਜਾ ਕੇ। ਸੋ ਇਸ ਗੱਲ ਦੀ ਜਿਹੜੀ ਅਹਿਮੀਅਤ ਆ ਉਹ ਇਹ ਆ ਵੀ ਅੱਜ ਸਾਡੇ ਆਸ ਪਾਸ ਬਹੁਤ ਵੱਡੇ ਵੱਡੇ ਦਿਓ ਆ, ਬਹੁਤ ਵੱਡੇ ਵੱਡੇ ਬੁਰਾਈਆਂ, ਕਰੋਨਾ ਵੀ ਇੱਕ ਦਿਓ ਆ, ਤੇ ਅਸੀਂ ਦਿਓ ਦੇ ਪਿਓ ਬਣਨਾ ਤਾਂ ਹੀ ਇਹ ਚੀਜ਼ਾਂ ਭੱਜਣਗੀਆਂ। ਦੇਖੋ ਕੋਈ ਜਿਵੇਂ ਮਰਜ਼ੀ ਜੱਜ ਕਰਦਾ ਫਿਰੇ, ਜਿਵੇਂ ਮਰਜ਼ੀ ਸੋਚਦਾ ਫਿਰੇ, ਪਰ ਸਾਡੇ ਅੰਦਰ ਜਿਹੜੀ ਦਲੇਰੀ ਆ, ਸਾਡੇ ਅੰਦਰ ਜਿਹੜੀ ਇਨਸਾਨੀਅਤ ਆ ਉਹ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਆ। ਸੋ ਇੰਨੀ ਮੇਰੀ ਤੁਹਾਨੂੰ ਅਰਦਾਸ ਆ ਜੀ, ਮੇਰੀ ਗੁਜ਼ਾਰਿਸ਼ ਆ, ਬਾਕੀ ਜਿਉਂਦੇ ਵਾਸਤੇ ਰਹੋ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।